भैया रात को आप गाड़ी लेके गए थे तो थोड़ी गलती होगी हमसे, आगे से हम ये गलती दोबारा नहीं करेंगे। रात को जो हुल्लड़बाजी हमारी तरफ से हुई है मैं उसके लिए सॉरी मांगता हूँ सबसे जिसको दिक्कत हुई है मेरी वजह से, और मैं यहाँ पे दोबारा ये काम कभी नहीं करूँगा। तस्वीरों जो नजर आ रहे हैं नौजवान जो बीती रात हुल्लड़बाजी कर रहे सन, स्टंट कर रहे सन, ओह भी हाईवे ते अपनी गड्डी दा सन रूफ खोल के हुल्लड़बाजी कर रहे सन, जिन्हां नू पुलिस ने घेरिया ते इन्हां दी गड्डी नू भी काबू किता ते इन्हां नू भी काबू किता, ते हुण इह नौजवान कैमरे अगे माफिया मंगदे नजर आ रहे ने, जिन्हां वल्लों कहा जा रहा है कि हुण उन्हां वल्लों अजिही हरकत नहीं कीती जावेगी, सड़कां ते ओह इस तरह हुल्लड़बाजी नहीं करनगे। इस मौके पुलिस का भी कहना है कि किसी भी शख्स नू कानून की उलंघना नहीं करन दिती जावेगी, पर जे कोई करेगा तो उसके खिलाफ सख्त कार्रवाई की जावेगी। दसना बनता है कि यह तस्वीर राजपुरा तो सामने आई सन, जिथे नौजवानों वालों कार दे विचो बाहर निकल के हुल्लड़बाजी की जा रही थी, जिस तो बाद पुलिस ने इन्हों राउंड अप किया ते इन्हों नू अपनी गिरफ्त दे विच लिया। इस मौके पुलिस का कहना है कि पुलिस वालों इन्हों की गड्डी नू भी बॉन्ड कर लिया गया। ਪਹਿਲ ਹੋਈ ਸੀ ਰਾਏਪੁਰਾ ਬਲੂਨ ਰੋਡ ਤੇ, ਜਿਹਦੇ ਚ ਤਿੰਨ ਚਾਰ ਮੁੰਡੇ ਇੱਕ ਛੱਤ ਤੇ ਬੈਠਾ ਸੀ ਤੇ ਵਿੰਡੋਆਂ ਚੋਂ ਬਾਹਰ ਨਿਕਲ ਕੇ ਹੁੱਲੜਬਾਜ਼ੀ ਕਰ ਰਹੇ ਸੀ ਹਾਈਵੇ ਦੇ ਉੱਪਰ, ਤੇ ਉਹ ਅਸੀਂ ਗੱਡੀ ਟਰੇਸ ਕਰਕੇ ਤੇ ਉਹ ਬੰਦੇ ਰਾਊਂਡ ਅਪ ਕੀਤੇ ਸੀ ਤੇ ਉਹਨਾਂ ਨੂੰ ਥਾਣੇ ਬੁਲਾ ਕੇ ਮੁੰਡੇ ਚਿਤਕਾਰਾ ਚ ਪੜਨ ਵਾਲੇ ਆ ਤੇ ਉਹਨਾਂ ਨੂੰ ਵਾਰਨਿੰਗ ਦਿੱਤੀ ਹੈ ਤੇ ਉਹਨਾਂ ਨੇ ਬਕਾਇਦਾ ਮਾਫ਼ੀ ਵੀ ਮੰਗੀ ਹੈ ਵੀ ਅਸੀਂ ਅੱਗੇ ਤੋਂ ਇੱਦਾਂ ਦੀ ਹਰਕਤ ਨਹੀਂ ਕਰਾਂਗੇ, ਤੇ ਜਿਹੜੀ ਉਹਨਾਂ ਦੀ ਗੱਡੀ ਸੀ ਬ੍ਰਿਜਾ ਕਾਰ ਬਲੈਕ ਕਲਰ ਦੀ ਉਹ ਅਸੀਂ ਇੰਪਾਊਂਡ ਕੀਤੀ ਹੋਈ ਹੈ ਤੇ ਅੱਗੇ ਤੋਂ ਵੀ ਅਸੀਂ ਹਦਾਇਤ ਕਰਦੇ ਹਾਂ ਬਲੂਰ ਦੇ ਜਿੰਨੇ ਨੌਜਵਾਨ ਮੁੰਡੇ ਆ ਜਾਂ ਚਿਤਕਾਰਾ 'ਚ ਜਿੰਨੇ ਬੱਚੇ ਪੜ੍ਹਦੇ ਆ ਕਿ ਆਪਾਂ ਟ੍ਰੈਫਿਕ ਰੂਲ ਨੂੰ ਫੋਲੋ ਕਰੋ, ਵੀ ਇੱਦਾਂ ਦੀ ਹੁੱਲੜਬਾਜ਼ੀ ਨਾ ਕਰੋ ਅਤੇ ਆਪਣੀ ਵੀ ਜਾਨ ਖਤਰੇ 'ਚ ਪਾਉਂਦੇ ਆਪਾਂ ਇੱਦਾਂ ਕਰਕੇ ਅਤੇ ਨਾਲ ਜਿਹੜੇ ਦੂਜੇ ਰਾਹਗੀਰ ਨੇ ਉਹਨਾਂ ਨੂੰ ਵੀ ਖਤਰੇ 'ਚ ਖੜਾ ਕਰ। ਭਈਆ ਰਾਤ ਕੋ ਆਪ ਗਾੜੀ ਲੈ ਕੇ ਗਏ ਥੇ ਤੋ ਤੁਹਾਡੀ ਗਲਤੀ ਹੋ ਗਈ ਹਮਸੇ, ਆਗੇ ਸੇ ਹਮ ਇਹ ਗਲਤੀ ਦੁਬਾਰਾ ਨਹੀਂ ਕਰੇਗਾ। ਰਾਤ ਕੋ ਜੋ ਹੁੱਲੜਬਾਜ਼ੀ ਹਮਾਰੀ ਤਰਫ ਸੇ ਹੋਈ ਹੈ ਮੈਂ ਉਸਕੇ ਲਈ ਸੋਰੀ ਮੰਗਤਾ ਹੂੰ ਸਬਸੇ ਜਿਸਕੋ ਦਿੱਕਤ ਹੋਈ ਹੈ ਮੇਰੀ ਵਜ੍ਹਾ ਸੇ, ਔਰ ਮੈਂ ਯਹਾਂ ਪੇ ਦੁਬਾਰਾ ਯੇ ਕਾਮ ਕਭੀ ਨਹੀਂ ਕਰੂੰਗਾ। ਤਸਵੀਰਾਂ 'ਚ ਨਜ਼ਰ ਆ ਰਹੇ ਇਹ ਨੌਜਵਾਨ ਜੋ ਬੀਤੀ ਰਾਤ ਹੁੱਲੜਬਾਜ਼ੀ ਕਰ ਰਹੇ ਸਨ, ਸਟੰਟ ਕਰ ਰਹੇ ਸਨ, ਉਹ ਵੀ ਹਾਈਵੇ ਤੇ ਆਪਣੀ ਗੱਡੀ ਦਾ ਸਨ ਰੂਫ ਖੋਲ ਕੇ ਹੁੱਲੜਬਾਜ਼ੀ ਕਰ ਰਹੇ ਸਨ, ਜਿਨ੍ਹਾਂ ਨੂੰ ਪੁਲਿਸ ਨੇ ਘੇਰਿਆ ਤੇ ਇਹਨਾਂ ਦੀ ਗੱਡੀ ਨੂੰ ਵੀ ਕਾਬੂ ਕੀਤਾ ਤੇ ਇਹਨਾਂ ਨੂੰ ਵੀ ਕਾਬੂ ਕੀਤਾ, ਤੇ ਹੁਣ ਇਹ ਨੌਜਵਾਨ ਕੈਮਰੇ ਅੱਗੇ ਮਾਫੀਆ ਮੰਗਦੇ ਨਜ਼ਰ ਆ ਰਹੇ ਨੇ, ਜਿਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੁਣ ਉਹਨਾਂ ਵੱਲੋਂ ਅਜਿਹੀ ਹਰਕਤ ਨਹੀਂ ਕੀਤੀ ਜਾਵੇਗੀ, ਸੜਕਾਂ ਤੇ ਉਹ ਇਸ ਤਰ੍ਹਾਂ ਹੁੱਲੜਬਾਜ਼ੀ ਨਹੀਂ ਕਰਨਗੇ। ਇਸ ਮੌਕੇ ਪੁਲਿਸ ਦਾ ਵੀ ਕਹਿਣਾ ਹੈ ਕਿ ਕਿਸੇ ਵੀ ਸ਼ਖਸ ਨੂੰ ਕਾਨੂੰਨ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ, ਪਰ ਜੇ ਕੋਈ ਕਰੇਗਾ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਦੱਸਣਾ ਬਣਦਾ ਹੈ ਕਿ ਇਹ ਤਸਵੀਰਾਂ ਰਾਜਪੁਰਾ ਤੋਂ ਸਾਹਮਣੇ ਆਈਆਂ ਸਨ, ਜਿੱਥੇ ਨੌਜਵਾਨਾਂ ਵੱਲੋਂ ਕਾਰ ਦੇ ਵਿੱਚੋਂ ਬਾਹਰ ਨਿਕਲ ਕੇ ਹੁੱਲੜਬਾਜ਼ੀ ਕੀਤੀ ਜਾ ਰਹੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਰਾਊਂਡ ਅਪ ਕੀਤਾ ਤੇ ਇਹਨਾਂ ਨੂੰ ਆਪਣੀ ਗ੍ਰਿਫਤ ਦੇ ਵਿੱਚ ਲਿਆ। ਇਸ ਮੌਕੇ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਇਹਨਾਂ ਦੀ ਗੱਡੀ ਨੂੰ ਵੀ ਬੌਂਡ ਕਰ ਲਿਆ ਗਿਆ। ਪਹਿਲ ਹੋਈ ਸੀ ਰਾਏਪੁਰਾ ਬਲੂਨ ਰੋਡ ਤੇ, ਜਿਹਦੇ ਚ ਤਿੰਨ ਚਾਰ ਮੁੰਡੇ ਇੱਕ ਛੱਤ ਤੇ ਬੈਠਾ ਸੀ ਤੇ ਵਿੰਡੋਆਂ ਚੋਂ ਬਾਹਰ ਨਿਕਲ ਕੇ ਹੁੱਲੜਬਾਜ਼ੀ ਕਰ ਰਹੇ ਸੀ ਹਾਈਵੇ ਦੇ ਉੱਪਰ, ਤੇ ਉਹ ਅਸੀਂ ਗੱਡੀ ਟਰੇਸ ਕਰਕੇ ਤੇ ਉਹ ਬੰਦੇ ਰਾਊਂਡ ਅਪ ਕੀਤੇ ਸੀ ਤੇ ਉਹਨਾਂ ਨੂੰ ਥਾਣੇ ਬੁਲਾ ਕੇ ਮੁੰਡੇ ਚਿਤਕਾਰਾ 'ਚ ਪੜ੍ਹਨ ਵਾਲੇ ਆ ਤੇ ਉਹਨਾਂ ਨੂੰ ਵਾਰਨਿੰਗ ਦਿੱਤੀ ਹੈ ਤੇ ਉਹਨਾਂ ਨੇ ਬਕਾਇਦਾ ਮਾਫ਼ੀ ਵੀ ਮੰਗੀ ਹੈ ਵੀ ਅਸੀਂ ਅੱਗੇ ਤੋਂ ਇੱਦਾਂ ਦੀ ਹਰਕਤ ਨਹੀਂ ਕਰਾਂਗੇ, ਅਤੇ ਜਿਹੜੀ ਉਹਨਾਂ ਦੀ ਗੱਡੀ ਸੀ ਬ੍ਰਿਜਾ ਕਾਰ ਬਲੈਕ ਕਲਰ ਦੀ ਉਹ ਅਸੀਂ ਇੰਪਾਊਂਡ ਕੀਤੀ ਹੋਈ ਹੈ ਅਤੇ ਅੱਗੇ ਤੋਂ ਵੀ ਅਸੀਂ ਹਦਾਇਤ ਕਰਦੇ ਹਾਂ ਬਲੂਰ ਦੇ ਜਿੰਨੇ ਨੌਜਵਾਨ ਮੁੰਡੇ ਆ ਜਾਂ ਚਿਤਕਾਰਾ 'ਚ ਜਿੰਨੇ ਬੱਚੇ ਪੜ੍ਹਦੇ ਆ
ਕਿ ਆਪਾਂ ਟ੍ਰੈਫਿਕ ਰੂਲ ਨੂੰ ਫੋਲੋ ਕਰੋ, ਵੀ ਇੱਦਾਂ ਦੀ ਹੁਲੜਬਾਜ਼ੀ ਨਾ ਕਰੋ, ਅਤੇ ਆਪਣੀ ਵੀ ਜਾਨ ਖਤਰੇ 'ਚ ਪਾਉਂਦੇ ਹਾਂ ਆਪਾਂ ਇੱਦਾਂ ਕਰਕੇ, ਅਤੇ ਨਾਲ ਜਿਹੜੇ ਦੂਜੇ ਰਾਹਗੀਰ ਨੇ ਉਹਨਾਂ ਨੂੰ ਵੀ ਖਤਰੇ 'ਚ ਖੜਾ ਕਰਦੇ।